ਫਿਰ ਆ ਲੁਧਿਆਣਾ ਦੇਖ ਲਓ, ਲੁਧਿਆਣੇ ਦੇ ਵਿੱਚ 9-9 ਫੁੱਟ ਬੰਦੇ ਜਵਾਨ ਹੁੰਦੇ ਸੀਗੇ, ਇੱਦਾਂ ਹੈ ਨਾ, ਇੰਨੀਆਂ ਜਾਨਾਂ ਹੁੰਦੀਆਂ ਸੀ ਇਹਨਾਂ ਦੀਆਂ, ਝੋਟੇ ਦੀ ਗਰਦਨ ਕਲਾਵੇ ਵਿੱਚ ਲੈ ਕੇ ਝੋਟੇ ਦੀ ਗਰਦਨ ਤੋੜ ਦਿੰਦੇ ਸੀਗੇ। ਹੁਣ ਵਿਚਾਰੇ ਨਸ਼ਿਆਂ 'ਤੇ ਲੱਗੇ ਹੋ ਆ, ਹੈਂ ਬੁਰੇ ਹਾਲ ਵਾ, ਹੁਣ ਤਾਂ ਬੱਕਰੀ ਵੀ ਨਹੀਂ ਚਿਓ ਹੁੰਦੀ, ਹੱਥ ਕੰਬਦੇ ਆ, ਹੈਂ ਬੱਕਰੀ ਸਵਾਹ ਚੋਣੀ ਆ, ਮੈਂ ਸਾਰੇ ਬੰਦਿਆਂ ਦੀ ਨਹੀਂ ਗੱਲ ਕਰਦਾ। ਫਿਰ ਤੁਸੀਂ ਸਾਲ ਬਾਅਦ ਮੁਰਗਾ ਬਣਾਉਣਾ ਹੁੰਦਾ, ਮੁਰਗਾ ਜਿੱਥੋਂ ਲੈਣਾ ਪਹਿਲਾਂ ਉੱਥੇ ਸੌਦਾ ਕਰਦੇ ਆ, ਜਾ ਕੇ ਦੋ ਬੰਦੇ ਵਿੱਚ ਪੈਂਦੇ, ਵਿਚੋਲਾ ਬਣਦੇ ਆ 50 ਰੁਪਏ ਦੀ ਖਾਤਰ, ਫਿਰ ਮੁਰਗਾ ਲਿਆਉਂਦੇ ਕੰਬਲ ਉੱਤੇ ਲਿਆਇਆ, ਕੰਬਲ ਦੇ ਵਿੱਚ ਮਘੋਰੇ ਹੋਇਆ, ਉਹਦੇ ਵਿੱਚ ਧੌਣ ਬਾਹਰ ਕੱਢ ਕੇ ਪਿੰਡ ਦੀਆਂ ਪਹਿਲਾਂ ਸਾਰੀਆਂ ਗਲੀਆਂ 'ਚ ਫੇਰਦੇ ਹਾਂ ਵੀ ਅਸੀਂ ਕੁੱਕੜ ਲਿਆਂਦਾ, ਫਿਰ ਜਿਹੜੇ ਬੰਦੇ ਨੂੰ ਨਹੀਂ ਬੁਲਾਉਣਾ ਤੁਸੀਂ ਉਹਨੂੰ ਬੁਲਾਉਂਦੇ ਆ, ਤਾਇਆ ਕੀ ਹਾਲ ਵਾ, ਬਸ ਆ ਮੁਰਗਾ ਲੈ ਕੇ ਆਇਓ, ਤਾਂ ਤੈਨੂੰ ਪੁੱਛਿਆ ਹੀ ਨਹੀਂ ਗਾ, ਜਾਣ ਕੇ ਸ਼ੋਅ ਅਪ ਜਿਹੇ ਕਰਦੇ ਆ, ਠੀਕ ਹੈ। ਫਿਰ ਇੱਥੇ ਬੰਦੇ ਆ ਜਾਂਦੇ ਆ, ਕਈ ਬੰਦੇ ਮੋਰਨੀਆਂ ਪਵਾਈਆਂ ਡੋਲਿਆਂ ਦੇ ਉੱਤੇ, ਸਾਨੂੰ ਨਹਾਉਣ ਚਲੇ ਗਿਆ ਸੀ ਪਹਾੜੀਆਂ ਤੋਂ ਛਾਲਾਂ ਮਾਰ, ਸਾਨੂੰ ਤਾਂ ਤਰਨਾ ਆਉਂਦਾ ਆ, ਉਹ ਬੰਦਾ ਡੋਲਿਆਂ ਦੇ ਮੋਰ ਪਵਾਇਓ ਆ, ਅਸੀਂ ਛਾਲ ਮਾਰਤੀ, ਉਹਨੇ ਵੀ ਸਾਡੀ ਖਾਤਰ ਛਾਲ ਮਾਰ ਦਿੱਤੀ, ਡੁੱਬ ਗਿਆ ਵਿੱਚ, ਵੀ ਅਸੀਂ ਹੁਣ ਇਹਨੂੰ ਕਿਹੜਾ ਪੁੱਛਣਾ ਵੀ ਜਦੋਂ ਤਰਨਾ ਆਉਂਦਾ ਜਾਂ ਨਹੀਂ ਆਉਂਦਾ। ਉੱਥੇ ਹੱਲਾ ਲੱਲਾ ਹੋ ਗਏ 2.5 ਘੰਟੇ, ਘੰਟਾ ਲਾ ਕੇ ਪੁਲਿਸ ਆਈ, ਬਾਹਰ ਕੱਢਿਆ, 50,000 ਰੁਪਇਆ ਖਰਚਾ ਆ ਗਿਆ। ਫਿਰ ਉਹਨੂੰ ਬਾਹਰ ਲੈਣ ਕੇ ਪੁੱਛਿਆ ਤੂੰ ਕਿਉਂ ਛਾਲ ਮਾਰੀ, ਅਖੇ ਗੋਰਿਆਂ ਦੇ ਨਿੱਕੇ ਨਿੱਕੇ ਨਿਆਣੇ ਨਹਾਉਂਦੇ ਸੀ, ਮੈਂ ਨਹੀਂ ਸੀ ਛਾਲ ਮਾਰ ਸਕਦਾ, ਦੱਸੋ ਇਹੋ ਜਿਹੇ ਬੰਦੇ ਹੈ ਕੀ ਕਰਨਾ। ਫਿਰ ਇੱਕ ਮੇਰਾ ਯਾਰ ਦੋਸਤ, ਮੇਰੇ ਚਾਚੇ ਨੂੰ ਇੰਡੀਆ ਤੋਂ ਮੰਗਾ ਲਾ, ਹੈਂ ਮੈਂ ਉਹਨੂੰ ਕਾਗਜ਼ ਭੇਜੇ, ਉਹ ਇੱਥੇ ਆ ਗਿਆ, ਮੈਂ ਲੈਣ ਚਲੇ ਗਿਆ, ਕੋਈ ਟਾਈਮ ਨਹੀਂ ਸੀ, ਮੈਂ ਲਿਆਇਆ, ਲਿਆਇਆ ਤਾਂ ਉਹ ਬਾਹਰ ਆਇਆ, ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਫਿਰ ਵਿਸ਼ਾਲ ਸ਼ਰਮ ਦੇ ਮਾਰੇ ਜਹਾਜ਼ ਪਿਆ, ਬਾਥਰੂਮ ਨਹੀਂ ਜਾਂਦੇ, ਬਾਹਰ ਆਣ ਕੇ ਕਹਿੰਦੇ ਜੀ ਮੈਂ ਜੰਗਲ ਪਾਣੀ ਜਾਣਾ, ਕੋਈ ਖੇਤ ਖੂਤ ਹੈ? ਮੈਂ ਕਿਹਾ ਇੱਥੇ ਖੇਤ ਨਹੀਂ ਹੁੰਦੇ, ਚੁੱਪ ਕਰਕੇ ਆ ਜਾ, ਤੈਨੂੰ ਦੱਸ ਦਿੰਦੇ ਹਾਂ। ਮੈਂ ਲੈ ਗਿਆ, ਮੈਂ ਕਿਹਾ ਟੋਇਲਟ ਦੇ ਬਾਥਰੂਮ ਹੈ, ਉਹ ਕਿਹਾ ਇੱਥੇ ਅੰਦਰ ਜਾਇਆ, ਹੈਂ ਬਾਥਰੂਮ ਹੀ ਨਹੀਂ ਦੇਖਿਆ ਹੁਣ ਜ਼ਿੰਦਗੀ ਦੇ, ਪਹਿਲੀ ਵਾਰੀ 10 ਮਿੰਟ ਹੋ ਗਿਆ, ਮੈਂ ਆਇਆ ਹੀ ਕੋਈ ਨਹੀਂ। ਮੈਂ ਦਰਵਾਜ਼ਾ ਖੋਲ੍ਹਿਆ, ਉਹ ਥੱਲੇ ਹੀ ਬੈਠਾ, ਉਹ ਅੱਗੇ ਤੁਰੀ ਵੀ ਆਉਂਦਾ ਆ ਜਿੱਦਾਂ ਪਿੰਡ ਦੀਆਂ ਨਿਆਈਆਂ ਖੇਤਾਂ ਵਿੱਚ ਬੈਠਾ, ਹੈਂ ਮੇਰਾ ਦਿਮਾਗ ਖਰਾਬ ਹੋ ਗਿਆ, ਅਖੇ ਇੱਦਾਂ ਬੈਠਾ ਬੰਦਾ ਉਹ, ਹੈਂ ਅਖੇ। ਫਿਰ ਮੈਂ ਚੱਲ ਚੁੱਪ ਕਰਕੇ ਕਿਸੇ ਕੋਲ ਗੱਲ ਨਹੀਂ ਕੀਤੀ, ਠੀਕ ਹੈ। ਚਲੋ ਹੁਣ ਆ ਜਾਓ ਪੁਲਿਸ ਵਾਲਿਆਂ ਦੇ, ਆ ਪੁਲਿਸ ਵਾਲੇ ਗੱਡੀ ਚੈੱਕ ਕਰਦੇ ਆ, ਹੈਂ ਰੋਕ ਰੋਕ ਕੇ, ਬਈ ਕਾਗਜ਼ ਹੈ ਅਗਲੇ ਕੋਲ? ਨਹੀਂ, ਇਹਨਾਂ ਦੇ ਪੈਸੇ ਹੀ ਲੈਣੇ ਆ, ਤੁਹਾਡੇ ਕੋਲ ਪੂਰੇ ਕਾਗਜ਼ ਆ, ਇਹਨਾਂ ਲੈਣੇ ਹੀ ਲੈਣੇ ਪੈਸੇ, 250 ਰੁਪਈਆ ਲਵੋ ਅਤੇ ਜਾਨ ਛੱਡੋ, ਪਹਿਲੇ ਮੰਗ ਲਿਆ ਕਰੋ, 250 ਦੇਈ ਜਾਓ, ਜਾਨ ਛਡਾਈ ਜਾਵੋ, ਹੈਂ ਪਿੱਛੇ ਟ੍ਰੈਫਿਕ ਲਾਇਆ ਤੁਸੀਂ, ਇਹ ਪੁਲਿਸ ਵਾਲੇ ਜਿਹੜੇ ਮੁੰਡੇ ਬੰਦੇ ਆ। ਫਿਰ ਕੋਈ ਕਾਲਜ ਦਾ ਮੁੰਡਾ ਕੁੜੀ ਖੜ੍ਹੇ ਆ, ਵੀ ਉਹਨਾਂ ਨੂੰ ਖੜ੍ਹੇ ਰਹਿਣ ਦਿਓ ਵਿਚਾਰਿਆਂ ਨੂੰ, ਅਖੇ ਨਾ ਵੀ ਖੜ੍ਹੇ ਹੋਣਗੇ ਤਾਂ ਵੀ ਨਾਲ ਜੋੜ ਦਿੰਦੇ ਆ, ਅਖੇ ਸਾਨੂੰ ਤਾਂ ਤੁਸੀਂ ਖੜ੍ਹੇ ਹੀ ਦਿਸੇ ਆ, ਹੈਂ ਉਹਨਾਂ ਦੇ ਕੇਸ ਪਾ ਦੇਣਗੇ, ਵੀ ਤੂੰ ਤਾਂ ਆਪਣਾ ਮਹਿਕਮਾ ਨਹੀਂ ਛੱਡਿਆ, ਉਹਨਾਂ ਦਾ ਟਾਈਮ, ਉਹਨੂੰ ਜੋ ਮਰਜ਼ੀ ਕਰਦੇ ਕਰੀ ਜਾਣ, ਤੁਸੀਂ ਮਾਮੇ ਲੱਗਦੇ ਆ ਵਿੱਚ, ਹੈਂ ਉਹਨਾਂ ਨੂੰ ਕੋਈ ਕੰਮ ਦੀ ਕੋਈ ਗੱਲ ਪੁੱਛਣੀ ਹੋਊਗੀ, ਕੋਈ ਸਬਜੈਕਟ ਬਾਰੇ ਪੁੱਛਣਾ ਹੋਗਾ, ਬਖਸ਼ਦੇ ਕਿਸੇ ਨੂੰ ਨਹੀਂ ਗਏ ਹੈਗੇ, ਹੈਂ। ਫਿਰ ਇੱਥੇ ਹੈ ਨਾ ਗੋਰੀ ਜਿਹੜੀ ਆ, ਨਿਆਣਾ ਜੰਮ ਦੇਵੇ ਅਤੇ ਦੂਜੇ ਦਿਨ ਕੰਮ 'ਤੇ ਚਲੇ ਜਾਂਦੀ, ਸਾਡੇ 40 ਦਿਨ ਛਿਲੇ ਵਿੱਚ ਬੈਠੀਆਂ ਰਹਿੰਦੀਆਂ, ਪੰਜੀਰੀਆਂ ਹੀ ਖਾਈ ਜਾਂਦੀਆਂ, ਦੱਸੋ ਹੈਂ, ਦਾਬੜੇ ਖਾਈ ਜਾਂਦੇ, ਪਤਾ ਨਹੀਂ ਕਿਹੜੀ ਦੇਸੀ ਘੇ ਵਿੱਚ ਤਾਕਤ ਵਾ। ਜਿਹਦਾ ਮੁੰਡਾ ਜੰਮ ਦਿੱਤਾ ਅਤੇ ਘਰ ਵਾਲਾ ਕਹਿੰਦਾ 5 ਦਿਨ ਹੋਰ ਕੱਟ ਲਾ, ਕੋਈ ਗੱਲ ਨਹੀਂ, ਮੈਂ ਆਪ ਹੀ ਕੰਮ ਕਰ ਲੈਣਾ। ਜੇ ਵਿਚਾਰੀ ਦੇ ਕੁੜੀ ਜੰਮ ਪਈ ਤਾਂ 15 ਦਿਨਾਂ ਵਿੱਚ ਲਾਪਿਆਂ ਦਾ ਗਾਲਾਂ ਕੱਢਣ, ਉੱਠ ਖੜ੍ਹ ਤੇਰੀਆਂ ਟੁੱਟੀਆਂ, ਫਲਾਣਾ ਆਹ ਹੋਇਆ, ਉਹਨੂੰ ਵਿਚਾਰੀ ਨੂੰ ਟਿਕਣ ਨਹੀਂ ਦਿੰਦੇ। ਜਨਾਨੀ ਦੀ ਰਿਸਪੈਕਟ ਕਰੋ, ਜਿੰਨੀ ਰਿਸਪੈਕਟ ਹੁੰਦੀ ਆ ਜਨਾਨੀ ਦੀ, ਇਹਦੀ ਵੱਧ ਤੋਂ ਵੱਧ ਰਿਸਪੈਕਟ ਕਰਿਆ ਕਰੋ। ਜੇ ਇੱਦਾਂ ਦੀ ਵਿਆਹਤੀ ਆ, ਠੀਕ ਹੈ, ਇਹਨੂੰ ਕਬੂਲ ਕਰ ਲਓ, ਕੋਈ ਚੱਕਰ ਨਹੀਂ ਗਾ, ਹੈਂ ਇਹਦੀ ਰਿਸਪੈਕਟ ਕਰੀ ਦੀ ਹੁੰਦੀ ਹੈ ਜਨਾਨੀ ਦੀ। ਇਹ ਨਹੀਂ ਤੁਹਾਡੇ ਕੰਮ ਆਉਣਾ, ਆ ਇੱਕ ਦਿਨ ਤੁਹਾਡੇ ਭਰਾ ਨੇ, ਤੁਹਾਡੇ ਮਾਂ ਨੇ, ਤੁਹਾਡੇ ਪੇ ਨੇ, ਕਿਸੇ ਨੇ ਨਹੀਂ ਕੰਮ ਆਉਣਾ, ਯਾਰ ਦੋਸਤ ਨੇ, ਇਹ ਨਹੀਂ ਕੰਮ ਆਉਣਾ। ਜਦੋਂ ਪਿੰਡ ਵਿੱਚ ਲੜਾਈ ਹੁੰਦੀ ਆ, ਪਹਿਲਾਂ ਜਨਾਨੀ ਡਾਂਗ ਕੱਢ ਕੇ ਲਿਆਉਂਦੀ ਆ, ਤੁਹਾਡੇ ਕੋਲ ਤਾਂ ਮਾਮਾ ਤੁਸੀਂ ਦਾਬਕੇ ਮਾਰ ਕੇ ਪਿੱਛੇ ਨੂੰ ਹਟਣ ਵਾਲੇ ਆ, ਠੀਕ ਹੈ। ਅਤੇ ਆਹ ਸਾਇੰਸਦਾਨ ਦੀ ਵੀ ਜਨਾਨੀ ਦੇਖ ਲਓ, 5 ਫੁੱਟੇ ਕਰ ਦਿਓ ਇਹਦਾ, ਆ ਪਿੱਛੇ ਜਿਹਾ ਮੈਂ ਇਹ ਦੰਦ ਮਾੜੇ ਉੱਚੇ ਆ, 5,000 ਅਕਾਊਂਟ ਵਿੱਚੋਂ ਗਾਇਬ ਹੋ ਗਿਆ। ਮੈਂ ਕਿਹਾ 5,000 ਕਿੱਥੇ ਗਿਆ? ਮੈਂ ਦੰਦ ਉੱਚੇ ਸੀ, ਮੈਂ ਨੀਵੇਂ ਕਰਾਉਣ ਚਲੇ ਗਈ ਸੀਗੀ, ਹੈਂ ਅਤੇ ਮੈਂ ਕਿਹਾ ਨੀਵੇਂ ਕਰਾਉਣ ਚਲੇ ਗਏ ਸੀਗੇ, ਅਤੇ ਫਿਰ ਪੈਸੇ ਕਿੰਨੇ ਲੱਗੇ? 5,000, ਅਤੇ ਮੈਂ ਕਿਹਾ ਇਹਦਾ ਕਰਾਉਣ ਦਾ ਕੀ ਫਾਇਦਾ ਸੀ? ਅਗਲੇ ਸਾਲ ਤਾਂ ਉੱਦਾਂ ਹੀ ਡਿੱਗਣ ਵਾਲੇ ਆ ਇਹ। ਹੋਰ ਜੀ ਮੇਰੇ ਵੱਲੋਂ ਸਾਰੇ ਜਣ ਸਤਿ ਸ਼੍ਰੀ ਅਕਾਲ, ਪੰਜਾਬ ਵਾਸਤੇ ਖੂਨ ਵਹਾ ਦੇਵਾਂਗੇ, ਐਨ ਦਿਲ ਵਹਾ ਦੇਵਾਂਗੇ, ਕੋਈ ਚੱਕਰ ਨਹੀਂ, ਖੂਨ ਲੋਕਾਂ ਦਾ ਨਹੀਂ ਵਹਾਉਣਾ, ਆਪਣਾ, ਮੈਂ ਕਹਿੰਦਾ ਮੈਂ ਆਪਣਾ ਵਹਾ ਸਕਦਾ, ਇਹ ਤਾਂ ਗੱਲ ਉੱਧਰ ਨਾ ਲੈ ਜੇ, ਪੰਜਾਬ ਆ ਲੋਕਾਂ ਦਾ ਖੂਨ, ਤੁਸੀਂ ਤੁਹਾਡੀ ਤਾਂ ਮਾੜੀ ਸੋਚ ਵਾ, ਤੁਸੀਂ ਤਾਂ ਤੁਹਾਨੂੰ ਪੁਆਇੰਟ ਚਾਹੀਦਾ ਲੜਨ ਨੂੰ, ਲੱਭਣ ਨੂੰ, ਗਾਲਾਂ ਕੱਢਣ ਨੂੰ। ਆ ਜਿਹੜੇ ਮੈਨੂੰ ਗਾਲਾਂ ਕੱਢਦੇ ਆ ਬੇਵਕੂਫ ਝੰਡੇ, ਇਹਨਾਂ ਨੇ ਪਹਿਲਾਂ ਸਭ ਤੋਂ ਜ਼ਿਆਦਾ ਚੱਕਣੇ ਅੱਗੇ ਮੋਹਰੇ ਹੋ ਕੇ।